ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਇੱਥੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ ਸਾਹਮਣੇ ਦਿਖਾਈ ਦੇ ਰਹੇ ਬੈੱਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਲ ਉੱਪਰ ਕਲਿੱਕ ਕਰ ਲਓ। ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਕਈ ਦਿਨ ਆਪਣੀ ਯਾਤਰਾ 'ਤੇ ਚੱਲਦੇ ਰਹੇ ਤਾਂ ਭਾਈ ਮਰਦਾਨਾ ਜੀ ਭੁੱਖ ਨਾਲ ਵਿਆਕੁਲ ਹੋਣ ਲੱਗੇ। ਚੱਲਦੇ ਚੱਲਦੇ ਰਸਤੇ ਵਿੱਚ ਇੱਕ ਸੰਘਣਾ ਜੰਗਲ ਆਇਆ ਜਿਸ ਦੇ ਅੰਦਰ ਕਈ ਪ੍ਰਕਾਰ ਦੇ ਪੱਕੇ ਹੋਏ ਫਲਾਂ ਦੇ ਰੁੱਖ ਸਨ ਅਤੇ ਕਈ ਪ੍ਰਕਾਰ ਦੀਆਂ ਹਰੀਆਂ ਭਰੀਆਂ ਜੜੀਆਂ ਬੂਟੀਆਂ ਵੀ ਸਨ। ਪਰ ਹੈਰਾਨੀਜਨਕ ਗੱਲ ਇਹ ਸੀ ਕਿ ਇੰਨੇ ਸੰਘਣੇ ਜੰਗਲ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਜੀਵ ਜੰਤੂ ਦਿਖਾਈ ਨਹੀਂ ਦੇ ਰਿਹਾ ਸੀ। ਗਿੱਦੜ, ਸ਼ੇਰ, ਬਘਿਆੜ, ਹਾਥੀ ਆਦਿ ਕਿਸੇ ਵੀ ਤਰ੍ਹਾਂ ਦਾ ਜਾਨਵਰ ਦਿਖਾਈ ਨਹੀਂ ਦੇ ਰਿਹਾ ਸੀ। ਚਾਰੇ ਪਾਸੇ ਸੁੰਨਸਾਨ ਫੈਲੀ ਹੋਈ ਸੀ। ਜੰਗਲ ਵਿੱਚ ਕੋਈ ਵੀ ਜਾਨਵਰ ਨਾ ਹੋਣ ਕਰਕੇ ਉਹ ਜੰਗਲ ਫਲਾਂ ਦੇ ਨਾਲ ਭਰਿਆ ਹੋਇਆ ਸੀ, ਕਿਉਂਕਿ ਉਹਨਾਂ ਫਲਾਂ ਨੂੰ ਖਾਣ ਵਾਲਾ ਕੋਈ ਜਾਨਵਰ ਹੀ ਉਸ ਜੰਗਲ ਵਿੱਚ ਹੈ ਨਹੀਂ ਸੀ। ਚੱਲਦੇ ਚੱਲਦੇ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ, ਤੁਸੀਂ ਕੁਝ ਦੇਰ ਇੱਥੇ ਆਰਾਮ ਕਰ ਲਓ, ਕਿਉਂਕਿ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਹੈ। ਮੈਂ ਵਣ ਵਿੱਚ ਜਾ ਕੇ ਆਪਣੇ ਮਨਪਸੰਦ ਫਲਾਂ ਨੂੰ ਖਾ ਕੇ ਆਪਣਾ ਢਿੱਡ ਭਰ ਲੈਂਦਾ ਹਾਂ। ਪਰ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਮਰਦਾਨਿਆ, ਇਸ ਵਣ ਵਿੱਚ ਰੁਕਣਾ ਸਾਡਾ ਠੀਕ ਨਹੀਂ ਹੈ। ਤੂੰ ਇਸ ਵਣ ਦੀ ਖੂਬਸੂਰਤੀ ਨੂੰ ਦੇਖ ਕੇ ਇਸ ਵਣ ਨੂੰ ਚੰਗਾ ਨਾ ਸਮਝ, ਕਿਉਂਕਿ ਇਸ ਜੰਗਲ ਵਿੱਚ ਕਿਸੇ ਵੀ ਤਰ੍ਹਾਂ ਦਾ ਪਸ਼ੂ ਪੰਛੀ ਦਿਖਾਈ ਨਹੀਂ ਦੇ ਰਿਹਾ। ਤੂੰ ਬਸ ਵਾਹਿਗੁਰੂ ਵਾਹਿਗੁਰੂ ਜਪਦਾ ਮੇਰੇ ਪਿੱਛੇ ਪਿੱਛੇ ਚੱਲਦਾ ਰਹਿ। ਭਾਈ ਮਰਦਾਨਾ ਜੀ ਨੂੰ ਭੁੱਖ ਬਹੁਤ ਤੇਜ਼ ਲੱਗੀ ਹੋਈ ਸੀ ਅਤੇ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਨੇ ਖਿੱਝ ਕੇ ਗੁਰੂ ਜੀ ਨੂੰ ਕਰੜੇ ਬਚਨ ਬੋਲਣੇ ਸ਼ੁਰੂ ਕਰ ਦਿੱਤੇ ਅਤੇ ਆਖਣ ਲੱਗੇ ਕਿ ਜਿੱਥੇ ਵੀ ਮੇਰੇ ਖਾਣ ਦੇ ਲਾਇਕ ਕੋਈ ਚੀਜ਼ ਹੁੰਦੀ ਹੈ ਉੱਥੇ ਹੀ ਤੁਸੀਂ ਮੈਨੂੰ ਰੋਕ ਦਿੰਦੇ ਹੋ ਅਤੇ ਖਾਣ ਨਹੀਂ ਦਿੰਦੇ। ਮੈਂ ਤੁਹਾਡੇ ਨਾਲ ਰਹਿ ਰਹਿ ਕੇ ਕਿਸੇ ਦਿਨ ਇੱਦਾਂ ਹੀ ਮਰ ਜਾਣਾ ਹੈ ਅਤੇ ਮੇਰੀ ਦੇਹ ਵੀ ਇਸੇ ਧਰਤੀ 'ਤੇ ਪਈ ਰਹਿਣੀ ਹੈ। ਕਿਸੇ ਨੇ ਮੇਰੀ ਕਬਰ ਵੀ ਨਹੀਂ ਬਣਾਉਣੀ। ਤੁਸੀਂ ਆਪਣੇ ਘਰ ਵਿੱਚੋਂ ਤਾਂ ਉਜੜੇ ਹੋਏ ਹੋ ਅਤੇ ਮੈਨੂੰ ਵੀ ਨਾਲ ਉਜਾੜਿਆ ਹੋਇਆ ਹੈ। ਮੈਂ ਆਪਣੇ ਘਰ ਵਿੱਚ ਚੰਗਾ ਭਲਾ ਵੱਸਦਾ ਸੀ ਅਤੇ ਮੇਰਾ ਚੰਗਾ ਭਲਾ ਗੁਜ਼ਾਰਾ ਵੀ ਚੱਲਦਾ ਸੀ। ਤੁਹਾਨੂੰ ਪਤਾ ਵੀ ਹੈ ਕਿ ਮੈਂ ਬਹੁਤੀ ਭੁੱਖ ਬਰਦਾਸ਼ਤ ਨਹੀਂ ਕਰ ਸਕਦਾ, ਪਰ ਫਿਰ ਵੀ ਤੁਸੀਂ ਮੈਨੂੰ ਇਸ ਜੰਗਲ ਵਿੱਚ ਫਲ ਖਾਣ ਤੋਂ ਰੋਕ ਰਹੇ ਹੋ। ਖਿੱਚਦੇ ਖਿੱਚਦੇ ਭਾਈ ਮਰਦਾਨਾ ਜੀ ਗੁਰੂ ਜੀ ਦੀ ਆਗਿਆ ਲਏ ਬਿਨਾਂ ਹੀ ਜੰਗਲ ਵਿੱਚ ਫਲ ਖਾਣ ਲਈ ਚਲੇ ਗਏ ਅਤੇ ਫਲ ਖਾਣ ਲੱਗ ਪਏ। ਫਲਾਂ ਨੂੰ ਖਾ ਖਾ ਕੇ ਭਾਈ ਮਰਦਾਨਾ ਜੀ ਦਾ ਢਿੱਡ ਭਰ ਚੁੱਕਿਆ ਸੀ, ਪਰ ਲਾਲਚ ਵਿੱਚ ਆਣ ਕੇ ਉਹ ਹੋਰ ਜ਼ਿਆਦਾ ਫਲ ਖਾਣ ਲੱਗ ਪਏ। ਜੰਗਲ ਦੇ ਵਿੱਚ ਇੱਕ ਡਰਾਉਣਾ ਦੈਂਤ ਰਹਿੰਦਾ ਸੀ ਜਿਸ ਦੀ ਪਹਾੜ ਜਿੱਡੀ ਦੇਹ ਸੀ, ਸਿਰ ਉੱਤੇ ਸਿੰਘ ਸਨ ਅਤੇ ਪਹਾੜ ਦੀਆਂ ਗੁਫਾ ਵਰਗੀਆਂ ਉਸ ਦੀਆਂ ਨਾਸਾਂ ਸਨ। ਉਸ ਦੈਂਤ ਨੇ ਜੰਗਲ ਵਿੱਚ ਨੇੜੇ ਤੇੜੇ ਦੇ ਸਾਰੇ ਹਾਥੀ ਹਿਰਨਾਂ ਦੀ ਸਾਰੇ ਜਾਨਵਰ ਖਾ ਲਏ ਸਨ ਅਤੇ ਉਸ ਦੈਂਤ ਤੋਂ ਡਰਦਾ ਨਾ ਕੋਈ ਜਾਨਵਰ ਉਸ ਜੰਗਲ ਵਿੱਚ ਆਉਂਦਾ ਸੀ ਅਤੇ ਨਾ ਹੀ ਕੋਈ ਮਨੁੱਖ ਉਸ ਜੰਗਲ ਵਿੱਚ ਪੈਰ ਧਰਦਾ ਸੀ। ਭਾਈ ਮਰਦਾਨਾ ਜੀ ਆਪਣੇ ਧਿਆਨ ਨਾਲ ਉਸ ਜੰਗਲ ਵਿੱਚ ਫਲ ਖਾ ਰਹੇ ਸਨ ਅਤੇ ਜਦ ਉਸ ਦੈਂਤ ਨੂੰ ਰੁੱਖਾਂ ਦੇ ਨਾਲ ਛੇੜਛਾੜ ਹੁੰਦੀ ਸੁਣਾਈ ਦਿੱਤੀ ਤਾਂ ਉਸਨੇ ਭਾਈ ਮਰਦਾਨਾ ਜੀ ਨੂੰ ਆਣ ਕੇ ਦਬੋਚ ਲਿਆ ਅਤੇ ਉਹਨਾਂ ਨੂੰ ਗਲਾਸੀ ਵਾਂਗ ਆਪਣੇ ਹੱਥਾਂ ਵਿੱਚ ਫੜ ਕੇ ਆਪਣੇ ਮੂੰਹ ਵਿੱਚ ਪਾ ਲਿਆ ਅਤੇ ਬਿਨਾਂ ਚੱਬੇ ਹੀ ਆਪਣੇ ਅੰਦਰ ਲੰਘਾ ਲਿਆ। ਜਦੋਂ ਭਾਈ ਮਰਦਾਨਾ ਜੀ ਨਾਲ ਇਹ ਘਟਨਾ ਵਾਪਰੀ ਤਾਂ ਉਹ ਬਹੁਤ ਡਰ ਗਏ। ਮੂੰਹ ਤੋਂ ਤਾਂ ਕੁਝ ਨਾ ਬੋਲ ਸਕੇ, ਪਰ ਆਪਣੇ ਮਨ ਵਿੱਚ ਹੀ ਗੁਰੂ ਨਾਨਕ ਦੇਵ ਜੀ ਨੂੰ ਧਿਆਉਣ ਲੱਗ ਪਏ ਅਤੇ ਬੇਨਤੀ ਕਰਨ ਲੱਗੇ ਕਿ ਹੇ ਪੂਰਨ ਗੁਰੂ ਜੀ, ਮੇਰੀ ਰੱਖਿਆ ਕਰੋ। ਮੇਰੀ ਮੂਰਖ ਦੀ ਮੱਤ ਮਾਰੀ ਗਈ ਸੀ ਜਿਹੜੇ ਮੈਂ ਤੁਹਾਨੂੰ ਅਗਿਆਨਤਾ ਦੇ ਵਿੱਚ ਬੁਰੇ ਬਚਨ ਕਹਿ ਬੈਠਾ ਹਾਂ। ਹੇ ਕਿਰਪਾਲੂ ਗੁਰੂ ਜੀ, ਮੈਨੂੰ ਇਸ ਦੈਂਤ ਤੋਂ ਬਚਾ ਲਓ। ਦਿਲਾਂ ਦੀਆਂ ਜਾਣਨ ਵਾਲੇ ਜਾਣੀ ਜਾਣ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਭਾਈ ਮਰਦਾਨਾ ਜੀ ਦੀ ਪੁਕਾਰ ਸੁਣ ਗਈ ਅਤੇ ਉਹ ਭਾਈ ਮਰਦਾਨਾ ਜੀ ਨੂੰ ਬਚਾਉਣ ਵਾਸਤੇ ਚੱਲ ਪਏ। ਗੁਰੂ ਨਾਨਕ ਦੇਵ ਜੀ ਦੈਂਤ ਦੇ ਸਾਹਮਣੇ ਖਲੋ ਗਏ ਤਾਂ ਕਿ ਉਹ ਦੈਂਤ ਦੀਆਂ ਨਜ਼ਰਾਂ ਵਿੱਚ ਆ ਸਕਣ। ਜਿਵੇਂ ਹੀ ਦੈਂਤ ਨੇ ਗੁਰੂ ਜੀ ਨੂੰ ਦੇਖਿਆ ਤਾਂ ਉਸੇ ਵੇਲੇ ਉਸਨੇ ਗੁਰੂ ਜੀ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਆਪਣੇ ਮੂੰਹ ਵਿੱਚ ਪਾ ਲਿਆ ਅਤੇ ਬਿਨਾਂ ਚਬਾਏ ਸਬੂਤਾ ਹੀ ਨਿਕਲ ਗਿਆ। ਜਦੋਂ ਗੁਰੂ ਨਾਨਕ ਦੇਵ ਜੀ ਦੈਂਤ ਦੇ ਢਿੱਡ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਉੱਥੇ ਭਾਈ ਮਰਦਾਨਾ ਜੀ ਮਿਲੇ, ਜਿਨ੍ਹਾਂ ਨੂੰ ਗੁਰੂ ਜੀ ਨੇ ਬਚਨ ਕਰਕੇ ਧੀਰਜ ਦਿੱਤਾ ਅਤੇ ਆਪਣੇ ਸਰੀਰ ਨੂੰ ਵੀ ਵੱਡਾ ਕਰ ਲਿਆ। ਗੁਰੂ ਜੀ ਨੇ ਜਦੋਂ ਆਪਣੇ ਅੰਗਾਂ ਨੂੰ ਫੈਲਾਇਆ ਤਾਂ ਦੈਂਤ ਦੇ ਢਿੱਡ ਵਿੱਚ ਤਕਲੀਫ ਹੋਣ ਲੱਗ ਪਈ। ਜਦੋਂ ਦੈਂਤ ਨੂੰ ਤਕਲੀਫ ਹੋਣ ਲੱਗੀ ਤਾਂ ਦੈਂਤ ਨੇ ਆਪਣੇ ਸਰੀਰ ਨੂੰ ਹੋਰ ਵੱਡਾ ਕਰ ਲਿਆ।
ਜਿਸ ਤੋਂ ਬਾਅਦ ਗੁਰੂ ਜੀ ਨੇ ਵੀ ਆਪਣਾ ਸਰੀਰ ਹੋਰ ਫੈਲਾ ਲਿਆ। ਦੈਂਤ ਜਿੰਨਾ ਜਿੰਨਾ ਵੀ ਆਪਣੇ ਸਰੀਰ ਨੂੰ ਵੱਡਾ ਕਰ ਰਿਹਾ ਸੀ, ਗੁਰੂ ਜੀ ਉਨਾ ਉਨਾ ਹੀ ਆਪਣੇ ਸਰੀਰ ਨੂੰ ਹੋਰ ਫੈਲਾਈ ਜਾ ਰਹੇ ਸਨ। ਤਾਂ ਅਖੀਰ ਵਿੱਚ ਦੈਂਤ ਦੀ ਜਦੋਂ ਕੋਈ ਪੇਸ਼ ਨਾ ਗਈ ਤਾਂ ਉਹ ਜ਼ਮੀਨ ਉੱਤੇ ਡਿੱਗ ਪਿਆ ਅਤੇ ਆਤਮਾ ਸਰੀਰ ਨਾਲੋਂ ਅਲੱਗ ਹੋ ਗਈ। ਜਦੋਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਨੂੰ ਨਾਲ ਲੈ ਕੇ ਬਾਹਰ ਨਿਕਲੇ ਤਾਂ ਦੈਂਤ ਦੀ ਆਤਮਾ ਨੇ ਇੱਕ ਸੁੰਦਰ ਮਨੁੱਖ ਦਾ ਰੂਪ ਧਾਰਨ ਕਰ ਲਿਆ ਅਤੇ ਗੁਰੂ ਜੀ ਦੇ ਸਾਹਮਣੇ ਖਲੋ ਕੇ ਸਭ ਤੋਂ ਪਹਿਲਾਂ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਕਹਿਣ ਲੱਗਾ ਕਿ ਗੁਰੂ ਜੀ, ਜਦ ਜਨਕ ਬਦੇਹੀ ਵਿੱਚ ਰਾਜ ਕਰਦਾ ਸੀ ਤਾਂ ਉਸ ਵੇਲੇ ਮੇਰਾ ਮਨੁੱਖੀ ਸਰੀਰ ਸੀ ਅਤੇ ਮੈਂ ਰਸੋਈਏ ਦੇ ਤੌਰ 'ਤੇ ਉਸ ਕੋਲ ਨੌਕਰੀ ਕਰਦਾ ਸੀ। ਇੱਕ ਵਾਰੀ ਰਾਜੇ ਨੇ ਸੰਤਾਂ ਨੂੰ ਭੋਜਨ ਛਕਾਉਣ ਲਈ ਨਿਉਤਾ ਦਿੱਤਾ ਹੋਇਆ ਸੀ ਅਤੇ ਮੈਂ ਰਸੋਈ ਤਿਆਰ ਕੀਤੀ ਹੋਈ ਸੀ, ਪਰ ਉਸ ਵੇਲੇ ਮੈਨੂੰ ਭੁੱਖ ਬਹੁਤ ਲੱਗੀ ਹੋਈ ਸੀ ਅਤੇ ਮੈਂ ਛੁੱਪ ਕੇ ਸਭ ਤੋਂ ਪਹਿਲਾਂ ਭੋਜਨ ਛਕ ਲਿਆ। ਪਰ ਇਸ ਗੱਲ ਦਾ ਪਤਾ ਜਦੋਂ ਰਾਜੇ ਨੂੰ ਲੱਗਾ ਕਿ ਸੰਤਾਂ ਦਾ ਅਪਮਾਨ ਹੋਇਆ ਹੈ ਅਤੇ ਸਾਰੀ ਰਸੋਈ ਜੂਠੀ ਹੋ ਚੁੱਕੀ ਹੈ, ਤਾਂ ਰਾਜੇ ਨੇ ਸਾਰੀ ਰਸੋਈ ਨਦੀ ਵਿੱਚ ਸੁੱਟਵਾ ਦਿੱਤੀ ਅਤੇ ਕ੍ਰੋਧ ਵਿੱਚ ਆ ਕੇ ਮੈਨੂੰ ਸਰਾਪ ਦਿੱਤਾ ਕਿ 24 ਘੰਟਿਆਂ ਦੇ ਬਾਅਦ ਤੂੰ ਵੱਡਾ ਰਾਕਸ਼ ਬਣ ਜਾਵੇਂਗਾ। ਰਾਜੇ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਰਾਜੇ ਤੋਂ ਪੁੱਛਿਆ ਕਿ ਬਾਦਸ਼ਾਹ ਜੀ, ਗਲਤੀ ਤਾਂ ਮੈਥੋਂ ਹੋਈ ਹੈ, ਪਰ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਮੇਰੀ ਗਤੀ ਕਦੋਂ ਹੋਵੇਗੀ। ਤਾਂ ਰਾਜੇ ਨੇ ਮੈਨੂੰ ਕਿਹਾ ਕਿ ਕਲਯੁੱਗ ਦੇ ਵਿੱਚ ਪਰਮੇਸ਼ਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰਨ ਕਰਕੇ ਇਸ ਧਰਤੀ 'ਤੇ ਆਉਣਗੇ, ਜਿਹੜੇ ਕਿ ਇਸ ਧਰਤੀ ਦੇ ਉੱਪਰ ਲੋਕਾਂ ਦਾ ਉਧਾਰ ਕਰਨ ਵਾਸਤੇ ਆਉਣਗੇ ਅਤੇ ਉਹਨਾਂ ਦੇ ਮਿਲਾਪ ਦੇ ਨਾਲ ਹੀ ਤੇਰੀ ਗਤੀ ਹੋਵੇਗੀ। ਅਤੇ ਅੱਜ ਮੇਰਾ ਤੁਹਾਡੇ ਨਾਲ ਮਿਲਾਪ ਹੋਇਆ ਹੈ ਅਤੇ ਮੈਨੂੰ ਗਤੀ ਮਿਲੀ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਮੈਂ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਹਾਂ, ਕਿਰਪਾ ਕਰਕੇ ਮੈਨੂੰ ਪਰਲੋਕ ਜਾਣ ਦੀ ਆਗਿਆ ਦਿਓ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਦੈਂਤ ਨੂੰ ਪਰਲੋਕ ਜਾਣ ਦੀ ਆਗਿਆ ਦਿੱਤੀ ਅਤੇ ਦੈਂਤ ਗੁਰੂ ਜੀ ਨੂੰ ਨਮਸਕਾਰ ਕਰਕੇ ਪਰਲੋਕ ਵੱਲ ਨੂੰ ਚਲਾ ਗਿਆ ਅਤੇ ਭਾਈ ਮਰਦਾਨਾ ਜੀ ਨੇ ਵੀ ਗੁਰੂ ਜੀ ਕੋਲੋਂ ਆਪਣੀ ਗਲਤੀ ਦੀ ਮਾਫ਼ੀ ਮੰਗੀ ਅਤੇ ਅੱਗੇ ਦੀ ਯਾਤਰਾ ਵੱਲ ਚੱਲ ਪਏ। ਸਤਿਨਾਮ ਸ਼੍ਰੀ ਵਾਹਿਗੁਰੂ।